ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮ ਰੇ ਕਾਜ ਸਵਾਰੇ ਗੱਲ
रिशिकेश गुरुद्वारा सवेर गड्डी है अपना वीर जी कुलदीप सिंह खालसा बड़ा ही वधिया मौसम है भाजी इधर वधिया नहीं आ रहा वाहे गुरु
ਬਹੁਤ ਹੀ ਵਧੀਆ ਕਲਾਈਮੇਟ ਹੈ, ਇੱਕਦਮ ਚਿਲ ਕਲਾਈਮੇਟ ਹੈ। Thank you.
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਦਮਦਮਾ ਸਾਹਿਬ ਹੇਮਕੁੰਡ ਸਾਹਿਬ ਤੋਂ ਪਹਿਲਾਂ ਇੱਥੇ ਆਰਾਮ ਕਰੋ, ਰੈਸਟ ਕਰੋ, ਲੰਗਰ ਪ੍ਰਸ਼ਾਦ। ਉੱਥੇ ਉਸਮ ਵਿਊ ਗੁਰਦੁਆਰਾ ਦਮਦਮਾ ਸਾਹਿਬ ਬਹੁਤ ਹੀ ਵਧੀਆ ਵਿਊ ਹੈ ਇੱਧਰ ਦਾ, ਬੜਾ ਹੀ ਆਨੰਦ ਆ ਰਿਹਾ। ਸਰਦੀ ਵਾਲਾ ਸਰਬ ਜਨਤਾ ਹੋ nice waterfall, amazing. ਹਾਂ ਬਹੁਤ ਵਧੀਆ, ਅਲੱਗ ਦਾ ਆਉਂਦੀ ਹੈ ਨਾ, ਅਲੱਗ ਆਉਂਦੀ ਅਲੱਗ ਆਉਂਦਾ। ਚੱਲ ਲਓ ਮੈਂ ਚੱਲਣਾ ਫਿਰ ਉਮੀਦ ਆ। ਆ ਜਾਓ ਸਿੰਘੋ ਛੇਤੀ ਆ ਜਾਓ, ਚਲੀਏ ਆਪਾਂ ਚਲੀਏ ਨਾ ਅੱਗੇ ਆਉਂਦੇ ਹਾਂ। ਬਹੁਤ ਠੰਡਾ ਹੋਣਾ ਪਾਣੀ ਵੀਰ ਜੀ, ਆ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਵਾਰੀ ਨਿਕਲੀ ਆ ਹੁਣ ਦਰਸ਼ਨ ਕਰਨ ਲਈ ਹੇਮਕੁੰਡ ਸਾਹਿਬ ਲਈ। ਵਾਹਿਗੁਰੂ ਖਾਲਸਾ, ਆ ਦੇਖ ਲਓ ਜੀ ਨਜ਼ਾਰੇ, ਖਾਦੋ ਉੱਥੇ ਬਾਈ ਨੇ ਉਤਰਾ ਵਾਲੀ ਤੇ ਲਾਸ਼ ਪਤਾ ਹੁੰਦਾ ਜਿਹਨੇ ਨਾ ਉਹ ਬਾਈ ਲਗਾਇਆ ਬਲੂ ਕੇ ਬਾਰੀ ਨਹੀਂ ਉਹ ਹੈ ਬਾਰੀ ਡਾਮੇ ਨਹੀਂ ਗਾਂਦੋ ਉੱਪਰ ਨਹੀਂ ਜਾ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਖਾਲਸਾ ਜੀ ਆ ਗਏ ਹੁਣ ਇੱਧਰ ਗੁਰੂ ਸਾਹਿਬ ਦੀ ਕਿਰਪਾ ਨੇ ਗੋਬਿੰਦ ਘਾਟ ਗੋਬਿੰਦ ਧਾਮ ਕੋਲ ਪਤਾ ਕਿਆ ਹੁਣ ਕਿੱਧਰ ਕੱਲ੍ਹ ਜਾਣਾ ਗੋਬਿੰਦ ਧਾਮ ਜਾਣਾ ਉਸਦੇ ਬਾਅਦ ਹੇਮਕੁੰਡ ਸਾਹਿਬ ਚਲੋ ਚਲੋ ਅਰੇ ਰਸਤਾ ਪਟਕ ਗਿਆ ਸੀ ਉੱਪਰ ਕਿੰਨੀ
ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਤਨਾਮ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਹੁਣ ਤੁਰ ਪਏ ਹਾਂ ਗੋਬਿੰਦ ਦਾਮ ਲਈ ਗੋਬਿੰਦ ਘਾਟ ਤੋਂ ਅਤੇ ਕਲਾਈਮੇਟ ਦੇਖੋ ਇੱਦਾਂ ਦਾ ਜੀ ਇਟਸ ਵੈਰੀ ਔਸਮ ਕਲਾਈਮੇਟ ਹਾਂਜੀ 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 ਹੁਣ ਜਾਣਾ ਗੋਬਿੰਦ ਧਾਮ ਜਾਣਾ ਬੜਾ ਹੀ ਠੰਡਾ ਮੌਸਮ ਹੈ ਯਾਰ ਵਾਹਿਗੁਰੂ ਵਾਹਿਗੁਰੂ ਸਵਰਗ ਲਗਾ ਪਿਆ ਯਾਰ ਵੀਰ ਜੀ ਸਵਰਗ ਲਗਾ ਪਿਆ ਇੱਥੇ ਤਾਂ ਹਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗ੍ਹਾ ਲੱਗ ਜਾਵੇ ਨਿਹਾਲ ਹੋ ਜਾਵੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਹਾਂਜੀ ਬਾਬਾ ਜੀ ਹਾਂ ਕੋਈ ਨਹੀਂ ਸਾਰੇ ਲਾ ਲਈ ਹਾਂਜੀ ਹਾਂਜੀ ਆਹ ਵੇਖੋ ਜੀ ਦਰਸ਼ਨ ਕਰੋ ਮਾਲੇ ਪਰਬਤ ਦੇ ਸੱਤ ਚੋਟੀਆਂ ਨੇ ਇੱਥੇ ਸੱਤ ਸੈਵਨ ਮਾਊਂਟੇਨਸ ਬੈਕ ਸਾਈਡ ਗੁਰਦੁਆਰਾ ਹੇਮਕੁੰਡ ਸਾਹਿਬ ਜੀ ਆਹ ਦੇਖੋ ਜੀ ਹੇਮਕੁੰਡ ਸਾਹਿਬ ਦੇ ਪਰਬਤ 'ਤੇ ਇੰਨੀ ਸਾਰੀ ਬਰਫ਼ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਅਤੇ ਲੰਬਾ ਸਫ਼ਰ ਤਿਆਰ ਕਰ ਰਿਹਾ ਹੁਣ ਆਹ ਦੇਖੋ ਜੀ ਹੈਲੀਕਾਪਟਰ ਜਾ ਰਿਹਾ ਹੈਲੀਕਾਪਟਰ ਦੇਖੋ ਜੀ ਆਹ ਪਤਾ ਨਹੀਂ ਕਿਹੜੀ ਦੁਨੀਆ 'ਤੇ ਆ ਗਏ ਆਹ ਸਾਰੀ ਗੁਰੂ ਸਾਹਿਬ ਦੀ ਦੁਨੀਆ ਹੈ ਸਾਰੀ ਗੁਰੂ ਸਾਹਿਬਾਨ ਦੀ ਹੈ ਸਤਨਾਮ ਸ੍ਰੀ ਵਾਹਿਗੁਰੂ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਦਾ ਸਾਡੇ ਵਰਗੇ ਬਾਬਿਆਂ ਨੂੰ ਵੀ ਦਰਸ਼ਨ ਦੇ ਰਹੇ ਨੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਜ਼ ਯੂ ਕੈਨ ਸੀ ਦ ਸਨੋ ਔਨ ਦਾ ਮਾਊਂਟੇਨ ਐਂਡ ਦ ਕਲਾਊਡਸ ਸਮਥਿੰਗ ਲਾਈਕ ਹੈਵਨ ਬਹੁਤ ਹੀ ਵਧੀਆ ਲੱਗਦਾ ਸਾਰੇ ਮਾਨ ਵਜੇ ਪਰ ਰੱਖੀ ਅੱਧਾ ਪੜਾਅ ਪਾ ਕੱਟਦਾ ਭਾਅ ਜੀ ਹੁਣ ਹੋਰ ਅੱਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਆਇਓ ਜਰਨਾ
ਪੂਰਾ ਹੋ ਗਿਆ। ਹੋਪ ਸੋ ਕੈਮਰਾ ਇਜ਼ ਡੂਇੰਗ ਇਟ ਜਸਟਿਸ। ਬਾਬਾ ਜੀ ਆਪ ਕੀ ਕਹਿੰਦੇ ਆ, ਬਰਫ਼ ਪੜੀ ਆ ਸੰਗਤਾਂ ਨੇ ਦੱਸੀ ਹੈ, ਬਰਫ਼ ਹੈਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਿਆਲ ਹਾਂਜੀ ਬਾਬਾ ਸਾਹਿਬ ਜੇਕਰ ਛੱਡੋ ਇੱਕ ਹਾਂਜੀ ਹਾਂਜੀ ਅੱਜ ਕਿੰਜ ਕਰ ਜਾਵੇ ਨਿਹਾਲ ਹੋ ਜਾਵੇ ਕਲਗੀ ਧਰ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਨਿਹਾਲ ਹੋ ਜਾਵੇ ਕਲਗੀ ਧਰ ਪਾਤਸ਼ਾਹ ਦੇ ਚਰਨਾਂ ਨੂੰ ਭਾਵੇ ਪਾਵਨ ਪਵਿੱਤਰ ਸਥਾਨਾਂ ਪੂਰਵਲੇ ਤਪ ਸਥਾਨ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਵਿਖੇ ਮੁੰਬਈ ਦੀਆਂ ਸੰਗਤਾਂ ਦੇ ਸਮੇਤ ਅਤੇ ਦਿੱਲੀ ਦੀਆਂ ਸੰਗਤਾਂ ਦੇ ਸਮੇਤ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਦਰਸ਼ਨ ਪ੍ਰਚਾਰ ਕਰਨ ਵਾਸਤੇ ਜਾ ਰਹੇ ਹਾਂ। ਰਸਤੇ 'ਚ ਪ੍ਰਾਂ ਕਰਦੇ ਕਰਦੇ ਅੱਜ ਸੰਗਤਾਂ ਦਾ ਪੜਾਅ ਗੋਬਿੰਦ ਧਾਮ 'ਚ ਹੋਵੇਗਾ। ਇਹ ਪੂਰਵਲਾ ਤਪ ਸਥਾਨ ਹੈ ਜਿਹੜਾ, ਇਹਦੇ ਬਾਬਤ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਬਖਸ਼ਿਸ਼ ਕੀਤੀ। ਹੇਮਕੁੰਡ ਪਰਬਤ ਹੈ ਜਹਾਂ ਸਬਤ ਸਿੰਘ ਸੋਭਤ ਹੈ ਤਹਾਂ, ਤੈ ਹਮ ਅਧਿਕ ਤਪੱਸਿਆ ਸਾਧੀ, ਮਹਾਂਕਾਲ ਕਾਲ ਕਾ ਅਰਾਧੀ। ਮਹਾਰਾਜ ਨੇ ਇਸ ਹੇਮ ਤੋਂ ਮਤਲਬ ਬਰਫ਼ ਅਤੇ ਕੁੰਡ ਤੋਂ ਮਤਲਬ ਇਹ ਬਹੁਤ ਵੱਡਾ ਕੁੰਡ, ਇਹ ਬਰਫ਼ ਦੇ ਕੁੰਡ ਦੇ ਵਿੱਚ ਬੈਠ ਕੇ ਮਹਾਰਾਜ ਨੇ ਬੜੇ ਤਪੱਸਵੀਆਂ ਸਮੇਤ ਪੰਡੂ ਰਾਜਾ ਜਿੱਥੇ ਤਪ ਕਰਦਾ ਸੀਗਾ ਉੱਥੇ ਮਹਾਰਾਜ ਨੇ ਤਪ ਕੀਤਾ ਅਤੇ ਬੜਾ ਲੰਮਾ ਸਮਾਂ ਤਪ ਕਰਦੇ ਕਰਦੇ ਉਸ ਸਮੇਂ ਮਹਾਰਾਜ ਗੁਪਤ ਦਮਨ ਦਾ ਰੂਪ ਸਨ। ਅਕਾਲ ਪੁਰਖ ਨੇ ਫਿਰ ਬਚਨ ਕੀਤਾ, ਮੈਂ ਆਪਣਾ ਸੁੱਤੋ ਹੈ ਨਵਾਜਾ, ਪੰਥ ਪਰਚਵ ਕਰ ਦੇ ਕੋ ਸਾਜਾ। ਉਸ ਕਿਰਪਾ ਦੇ ਦਾਤੇ ਮਹਾਰਾਜ ਤੁਸੀਂ ਦਮਨ ਦਾਤਾ ਜੀ ਨੇ ਫਿਰ ਮਾਂ ਗੁਜਰੀ ਦੀ ਤਪੱਸਿਆ ਸੀ ਜਿਹੜੀ, ਇਸ ਨੂੰ ਪੂਰਨ ਕਰਦੇ ਹੋਏ ਇਸ ਮਾਤ ਲੋਕ ਵਿੱਚ ਆ ਕੇ ਜਨਮ ਲਿਆ ਅਤੇ ਉਹ ਜਿਹੜੇ ਦੇਵਤੇ ਲੋਕ ਨਾਲ ਤਪੱਸਵੀ ਸੀ ਉਹ ਮਹਾਰਾਜ ਜੀ ਦੇ ਨਾਲ ਆਏ ਅਤੇ ਉਹਨਾਂ ਦੇ ਵਿੱਚ ਚਾਰ ਸਾਹਿਬਜ਼ਾਦੇ ਨੇ ਅਤੇ ਸਾਰਾ ਜਿਹੜੇ ਪੰਜ ਪਿਆਰੇ ਸਾਹਿਬਾਨ ਨੇ ਅਤੇ ਅੱਜ ਜਿਹੜੇ ਗੁਪਤ ਸ਼ਹੀਦ ਸਿੰਘ ਨੇ ਇਹ ਉਹੀ ਦੇਵਤੇ ਲੋਕ ਨੇ ਜਿਹੜੇ ਮਹਾਰਾਜ ਨਾਲ ਦੁਸ਼ਟ ਦਮ ਦੇ ਨਾਲ ਤਪੱਸਿਆ ਕਰਦੇ ਰਹੇ। ਉਸਨੇ ਬੇਨਤੀਆਂ ਪ੍ਰਵਾਨ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਹਿ ਗਿਆ ਗੋਬਿੰਦ ਧਾਮ ਇਧਰੋਂ 1.5 ਕਿਲੋਮੀਟਰ, ਨਜ਼ਾਰੇ ਦੇਖੋ ਜੀ ਕੁਦਰਤ ਦੇ। ਥਕਾਵਟ ਹੋ ਰਹੀ ਸੀ ਲੇਕਿਨ ਜਿੱਦਾਂ ਜਿੱਦਾਂ ਗੁਰਦੁਆਰੇ ਨੇੜੇ ਆ ਰਿਹਾ ਹੇਮਕੁੰਡ ਸਾਹਿਬ ਥਕਾਵਟ ਗਾਇਬ ਹੋ ਗਈ ਹੈ ਸਾਰੀ। ਬਾਬਾ ਜੀ ਗੁਰੂ ਪਵਿੱਤਰ ਹੋਣ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਆ ਗਏ ਹੇਮਕੁੰਡ ਸਾਹਿਬ ਦਾ ਹੈਲੀਪੈਡ ਆ ਗਿਆ, ਅਸੀਂ ਪਹੁੰਚ ਗਏ ਲਗਭਗ 1 ਕਿਲੋਮੀਟਰ। ਇਹ ਤੁਸੀਂ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਇੱਥੇ, ਕਿੰਨਾ ਸੋਹਣਾ। ਵਾਹਿਗੁਰੂ ਜੀ ਇਟਸ ਲਾਈਕ ਟੋਟਲੀ ਡਿਫਰੈਂਟ ਵਰਲਡ। ਸਤਨਾਮ ਸ਼੍ਰੀ ਵਾਹਿਗੁਰੂ। ਸੀ ਦ ਗ੍ਰੀਨਰੀ, ਮਾਊਂਟੇਨਸ, waterfall and the
biggest things. No, as you can see, I don't think that everyone is doing the justice, but see the clouds, totally nature. The greenery, plants, flowers, waterfall, mountains, snow. I hope the camera is doing it justice. But as you can see, that mountain over there is totally covered by snow. We have to go there tomorrow. Hemkund sahib, gurudwara. This is a halt. Deep. बस पहुंच गए जी गोबिंद धाम 200 मीटर से आगे आओ सिंगो पहुंच गया आराम से सतनाम सी भाई रुक आए वो भाई और बड़े सही भाई साहब परफेक्ट टाइम तो मी पे है भाई भाई खालसा भाई गुरु फतेह ओले सोनी हां सत श्री अकाल हां जी बाबा हां जी भाई ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਆਪਣਾ ਹਾਥੀ ਮੇਰਾ ਸਾਥੀ ਜਾ ਰਹੇ ਹਮਕੁੰਡ ਸਾਹਿਬ ਲਈ ਆਹ ਦੇਖੋ ਜੀ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹ ਜੀ ਵਾਹ ਸਤਨਾਮ ਵਾਹਿਗੁਰੂ ਹਾਥੀ ਪਰਬਤ ਨਾ ਇਹਦਾ ਹਾਥੀ ਪਰਬਤ ਔਸਮ ਹਾਂਜੀ ਚਾਹ ਚਾਹ ਪੀਣੀ ਹਾਂਜੀ ਦੇਖੋ ਜੀ ਮਾਊਂਟੇਨ ਜੀ ਦੁੱਖ ਨਿਵਾਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ 2.5 ਕਿਲੋਮੀਟਰ ਹੈ ਹਿੰਦੂ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ
ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬੜੀ ਠੰਡ ਹੈ ਆਹ ਦੇਖੋ ਚਾਹ ਬਣਨੀ ਆ ਸਤਨਾਮ ਸ੍ਰੀ
ਪਤੀ ਜਾਨੀ Bye.
ਖਾਲਸਾ ਵਾਹਿਗੁਰੂ ਜੀ ਫਤਿਹ। ਅੱਜ ਗੁਰਦੁਆਰਾ ਹੇਮਕੁੰਡ ਸਾਹਿਬ ਜੀ ਅਤੇ ਰਾਤ ਨੂੰ ਬਰਫ਼ ਵੀ ਡਿੱਗੀ ਹੈ ਅਤੇ ਕੱਲ੍ਹ ਦੁਪਹਿਰ ਵੀ ਡਿੱਗੀ ਸੀ। See the wonderful snowfall. It's looking very awesome. As you can see, this snowfall has happened in Hemkund Sahib today. Within just few minutes, like 10-20 minutes, we are ready to go down. Bahut hi badhiya lag raha hai mausam. Amazing. Serious move. ਟੁੱਟ ਜਾਊਗੀ ਹੱਡੀਆਂ ਸਾਰੀ ਜਿੰਨੀ ਵੀ ਹੈਗੀ ਆ। ਵਾਹਿਗੁਰੂ 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 ਗੋਡ ਸੀਰੀਅਸ ਨੋ ਫੋਨ ਸਮੇਂ ਸਿੰਘ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ ਇੱਥੇ ਸਨੋਫੋਲ ਕਿੰਨੀ ਹੋ ਰਹੀ ਹੈ ਹੇਮਕੁੰਡ ਸਾਹਿਬ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪਣੇ ਕੁਲਦੀਪ ਸਿੰਘ ਜੀ ਸਡਨਲੀ ਕਲਾਈਮੇਟ ਚੇਂਜ ਹੋ ਗਿਆ। ਇੱਧਰ ਦਿਖਾਓ ਖਾਲਸਾ ਵਾਹਿਗੁਰੂ ਜੀ ਫਤਿਹ। ਜੀਵਨ ਵਾਪਸੀ ਆ ਹੁਣ ਦਸਮ ਗੋਲੀ ਗੁਰਦੁਆਰੇ ਦੇ ਹੇਮਕੁੰਡ ਸਾਹਿਬ ਜੀ ਸਨੋ ਫੋਲ ਹੋ ਰਹੀ ਹੈ ਮਜ਼ਬੂਤ। ਕੀ ਬੋਲਦਾ ਕਿੰਨਾ ਬੋਲਦਾ ਭਾਈ ਨੂੰ ਚੱਲ ਦੀਆਂ ਨੂੰ ਚੱਲ ਦੀਆਂ ਤੁਮ ਵੀ ਤਾਂ ਵੈਸਾ ਪੈਦਾ ਨਹੀਂ ਜਾਣ ਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਦੇਖੋ ਜੀ ਸਨੋਫਾਲ ਹੋ ਰਿਹਾ ਇੱਧਰ, ਇਟ ਇਜ਼ ਲੁਕਿੰਗ ਵੈਰੀ ਔਸਮ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ 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 ਥੋੜਾ ਗਿਆ ਪੰਜਾਹ ਪਾ ਸੈਨਾ ਨਾਮ ਜਪੋ ਮੇਰੇ ਸਾਜਨ ਸੈਨਾ।
ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ। ਹਾਂਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਸਹੀ ਸਲਾਮਤ ਆ ਗਏ ਜੀ ਗੋਬਿੰਦ ਘਾਟ ਦੇ ਸਾਰੀ ਯੁੱਕੇ ਦੋ ਵਾਹ ਵਾਹ